ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਮੈਂ ਬਣਾ ਰਹੀ ਹਾਂ ਜੀ ਸੱਤੂ ਦੇ ਪਰਾਂਠੇ ਵਿੱਚ ਆਲੂ ਪਿਆਜ਼ ਹਰੀਆਂ ਮਿਰਚਾਂ ਪਾ ਕੇ। ਸੱਤੂ ਜਿਹੜਾ ਹੁੰਦਾ ਜੀ ਰੋਸਟਡ ਚਨਿਆਂ ਦਾ ਇਹ ਆਟਾ ਹੁੰਦਾ ਹੈ, ਆਟਾ ਵੀ ਨਹੀਂ ਥੋੜ੍ਹਾ ਦਰਦਰਾ ਹੁੰਦਾ। ਆਪਾਂ ਇੱਕ ਕਟੋਰੀ ਆਟੇ ਦੀ ਲੈ ਲਈਏ ਸੱਤੂ ਦੀ, ਅਤੇ ਇਹਦੇ ਵਿੱਚ ਆਪਾਂ ਨੇ ਪਿਆਜ਼ ਹਰੀਆਂ ਮਿਰਚਾਂ ਔਰ ਆਲੂ ਉਬਲੇ ਹੋਏ ਪਾ ਦਿੱਤੇ ਨੇ। ਬਾਕੀ ਆਪਾਂ ਇਹਦੇ ਵਿੱਚ ਨਮਕ ਮਿਰਚ ਜੀਰਾ ਵਗੈਰਾ ਪਾਵਾਂਗੇ, ਥੋੜ੍ਹੀ ਜਿਹੀ ਹਲਦੀ ਵੀ ਪਾਵਾਂਗੇ, ਗਰਮ ਮਸਾਲਾ, ਥੋੜ੍ਹਾ ਜਿਹਾ ਆਪਾਂ ਤੇਲ ਪਾਵਾਂਗੇ ਇੱਕ ਚਮਚ, ਅਤੇ ਹੁਣ ਇਹਦਾ ਇੱਕ ਮਿਸ਼ਰਣ ਤਿਆਰ ਕਰ ਲਵਾਂਗੇ ਜਿਸ ਤਰ੍ਹਾਂ ਆਪਾਂ ਆਲੂਆਂ ਦਾ ਤਿਆਰ ਕਰਦੇ ਹੁੰਦੇ ਹਾਂ ਪਰਾਂਠੇ ਬਣਾਉਣ ਦੇ ਲਈ। ਅਤੇ ਆਹ ਦੇਖੋ ਥੋੜ੍ਹਾ ਦਰਦਰਾ ਜਿਹਾ ਆਪਾਂ ਨੇ ਇਹ ਮਿਸ਼ਰਣ ਤਿਆਰ ਕਰ ਲਿਆ ਹੈ, ਅਤੇ ਹੁਣ ਆਪਾਂ ਬਣਾਵਾਂਗੇ ਜੀ ਇਹਦੇ ਪਰਾਂਠੇ। ਪਰਾਂਠਿਆਂ ਦੇ ਲਈ ਆਪਾਂ ਆਟਾ ਤਾਂ ਕਣਕ ਦਾ ਹੀ ਲਿਆ ਹੈ, ਅਤੇ ਬਸ ਬਾਕੀ ਤਾਂ ਆਪਾਂ ਉਸੇ ਤਰ੍ਹਾਂ ਹੀ ਉਹੀ ਪ੍ਰੋਸੈਸ ਰਹੂਗਾ ਜਿਸ ਤਰ੍ਹਾਂ ਆਪਾਂ ਆਲੂ ਵਾਲੇ ਪਰਾਂਠੇ ਬਣਾਉਂਦੇ ਹੁੰਦੇ ਹਾਂ। ਫਿਲ ਕਰ ਕਰਕੇ ਬਸ ਆਪਾਂ ਨੇ ਆਲੂ ਵਾਲੇ ਪਰਾਂਠਿਆਂ ਦੀ ਤਰ੍ਹਾਂ ਸੱਤੂ ਦੇ ਪਰਾਂਠੇ ਵੀ ਉਸੇ ਤਰ੍ਹਾਂ ਬਣਨਗੇ। ਵੈਸੇ ਮੈਂ ਇਹ ਪਰਾਂਠੇ ਨਾ ਫਸਟ ਟਾਈਮ ਬਣਾ ਰਹੀ ਹਾਂ, ਪਹਿਲਾਂ ਨਹੀਂ ਮੈਂ ਕਦੇ ਵੀ ਇਹ ਸੱਤੂ ਦੇ ਪਰਾਂਠੇ ਬਣਾਏ ਹੈਗੇ। ਅਤੇ ਚਲੋ ਥੋੜ੍ਹਾ ਹੈਲਦੀ ਹੈਲਦੀ ਜੀ ਅੱਜ ਕੱਲ੍ਹ ਥੋੜ੍ਹਾ ਹੋ ਰਿਹਾ ਕਿ ਹੈਲਦੀ ਹੈਲਦੀ ਖਾਈਏ, ਇਸ ਕਰਕੇ ਨਾ ਬਸ ਮੈਂ ਮੰਗਵਾਇਆ ਸੀ ਸੱਤੂ। ਆ ਦੇਖੋ ਬਿਲਕੁਲ ਆਪਾਂ ਨੇ ਆਲੂ ਵਾਲੇ ਪਰਾਂਠੇ ਦੀ ਤਰ੍ਹਾਂ ਹੀ ਤਿਆਰ ਕਰਨਾ ਹੈ ਪੇੜਾ। ਬਸ ਉਸ ਤੋਂ ਬਾਅਦ ਫਿਰ ਆਪਾਂ ਨੇ ਇਹਨੂੰ ਵੇਲ ਲੈਣਾ ਹੈ। ਤਵੇ 'ਤੇ ਲਗਾਵਾਂਗੇ ਜੀ ਆਪਾਂ ਦੇਸੀ ਘਿਓ। ਲਓ ਜੀ ਦੇਖੋ ਆਪਣੇ ਸੱਤੂ ਦੇ ਪਰਾਂਠੇ ਬਣ ਕੇ ਹੋ ਗਏ ਨੇ ਜੀ ਤਿਆਰ। ਵਿੱਚ ਦੇਖੋ ਫਿਲਿੰਗ ਇਹਦੀ ਬਹੁਤ ਹੀ ਵਧੀਆ ਬਣੇ ਹੈ। ਆ ਜਾਓ ਜੀ ਜਿਨ੍ਹਾਂ ਜਿਨ੍ਹਾਂ ਨੇ ਵੀ ਸੱਤੂ ਦੇ ਪਰਾਂਠੇ ਖਾਣੇ ਆ, ਮੈਂ ਦਹੀਂ ਦੇ ਨਾਲ ਡਾਕਟਰ ਸਾਹਿਬ ਨੂੰ ਪਰੋਸਣ ਲੱਗੀ ਹਾਂ। ਅਤੇ ਚਲੋ ਜੀ ਜਿਨ੍ਹਾਂ ਜਿਨ੍ਹਾਂ ਨੂੰ ਵੀ ਮੇਰੀ ਇਹ ਰੈਸਪੀ ਪਸੰਦ ਆਈ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ। ਪਰਮਾਤਮਾ ਸਭ ਦਾ ਭਲਾ ਕਰੇ।